ਜ਼ਰੂਰ ਸਹੀ ਤੂੰ ਸਮਝੋ ਆ ਮੈਨੇ ਬਾਤ ਤੁਹਾਡੀ ਇੰਤਜ਼ਾਰ ਹੀ ਚਾਹੀਦਾ ਮੈਂ ਤਾਂ ਮੈਂ ਹੁਣੇ ਆ ਵਜਾਂ ਲੇਕਿਨ ਅੱਲਾਹ ਪਾਕ ਦੇ ਕੰਮ ਮਿਲ ਗਏ ਅਸਲਾਮ ਅਲੈਕਮ ਦੋਸਤੋ ਮੈਂ ਹਾਂ ਮੁਹੰਮਦ ਨੇਮ ਉਮੀਦ ਕਰਨ ਦਾ ਤੋ ਖੈਰ ਖਰੀਅਤ ਨਾਲ ਹੋਸੋ ਬਿਸਮਿਲ੍ਲਾ ਪੜ੍ਹ ਕੇ ਅੱਜ ਦਾ ਨਵਾਂ ਤੇ ਤਾਜ਼ਾ ਵਲੋਗ ਕਰਨ ਦੇ ਪਏ ਸ਼ੁਰੂ ਅੱਜ ਅਸਾਂ ਮਿਲਣ ਵੈਂਦੇ ਪਏ ਜ਼ਿਲ੍ਹਾ ਬੱਖਰ ਦੇ ਮਸ਼ਹੂਰ ਮਰੂਫ ਫੋਕ ਸਿੰਗਰ ਇਨ ਪੈ ਸਰਾਇਕੀ ਦੇ ਅਹਿਮਦ ਨਿਵਾਸ ਛੀਨਾ ਅਸਾਂ ਉਸ ਨੂੰ ਮਿਲਣ ਵੈਂਦੇ ਪਏ ਉਹਨਾਂ ਦਾ ਪਿਛਲੇ ਦੀਵਾਰਾਂ ਥੀ ਐਕਸੀਡੈਂਟ ਅਸਾਂ ਉਹਨਾਂ ਨੂੰ ਪੁੱਛਣ ਵੈਂਦੇ ਪਏ ਉਹ ਇਸ ਟਾਈਮ ਬਹੁਤ ਮੁਸ਼ਕਿਲ ਹਾਲਾਤ ਚਿੰਨ ਪਏ ਵੀਲ ਚੇਅਰ ਤਿੰਨ ਪਏ ਤੁਰ ਫਿਰ ਨਹੀਂ ਸਕਦੇ ਅਤੇ ਮਿਲਣ ਵਾਸਤੇ ਤਾਵਨ ਕੀਤਾ ਖਾਵੜ ਕਲਾਂ ਦੇ ਸ਼ਾਨ ਜ਼ਿਲ੍ਹਾ ਬੱਖਰ ਦੀ ਜਾਨ ਹਾਜੀ ਮਲਿਕ ਨਾਸਰ ਅਬਾਸ ਖਾਵੜ ਉਹਨਾਂ ਸਾਡੇ ਨਾਲ ਬਹੁਤ ਤਾਵਨ ਕੀਤਾ ਉਹਨਾਂ ਟਾਈਮ ਗਿਨਵਾ ਕੇ ਦਿੱਤਾ ਬਹੁਤ ਮੁਸ਼ਕਿਲ ਹਾਲਾਤ ਵਿੱਚ ਮਲਿਕ ਨਾਸਰ ਅਬਾਸ ਖਾਵੜ ਦੇ ਉਹਨਾਂ ਬਹੁਤ ਕਰੀਬੀ ਦੋਸਤ ਨੇ ਪਏ ਬਚਪਨ ਦੇ ਦੋਸਤ ਨੇ ਇਕੱਠੇ ਇੱਕ ਸਕੂਲ ਵਿੱਚ ਪੜ੍ਹਦੇ ਰਹੇ ਕਲਾਸ ਫੈਲੋ ਇਨ ਪਏ ਹਾਲੇ ਤੱਕ ਉਹਨਾਂ ਦੀਆਂ ਮੁਹੱਬਤਾਂ ਉਹਨਾਂ ਦਾ ਆਪਸ ਵਿੱਚ ਫਰੈਂਡਸ਼ਿਪ ਦੋਸਤੀ ਬਰਕਰਾਰ ਹੈ ਪਈ ਮਾਸ਼ਾਅੱਲਾ ਉਹਨਾਂ ਸਭ ਨੂੰ ਟਾਈਮ ਗਿਨਵਾ ਕੇ ਦਿੱਤਾ ਅਸਾਂ ਹਾਜੀ ਮਲਿਕ ਨਾਸਰ ਅਬਾਸ ਦੇ ਬਹੁਤ ਬੇਹੱਦ ਸ਼ੁਕਰ ਗੁਜ਼ਾਰ ਹੈ ਪਏ ਪਹਿਲੇ ਅਸਾਂ ਤੱਕ ਮਿਲਵਾਉਂਦੇ ਹਾਂ ਮਲਿਕ ਹਾਜੀ ਨਾਸਰ ਅਬਾਸ ਨਾਲ ਉਹਦੇ ਬਿਆਨ ਥੋੜ੍ਹੇ ਗਿਣਸੋਂ ਉਹਨਾਂ ਦਾ ਕੀ ਖਿਆਲ ਹੈ ਕਿ ਆਉਣ ਵਾਲੇ ਵਕਤ ਵਿੱਚ ਅਹਿਮਦ ਨਿਵਾਸ ਛੀਨਾ ਸਕਰੀਨ 'ਤੇ ਆਸਨ ਜਾਂ ਨਾ ਆਸਨ ਪਹਿਲੇ ਅਸਾਂ ਮਲਿਕ ਨਾਸਰ ਅਬਾਸ ਖਾਵੜ ਕੋਲੋਂ ਇੰਟਰਵਿਊ ਥੋੜ੍ਹਾ ਬਹੁਤ ਗਿਣਸੋਂ ਅਸਲਾਮੁ ਅਲੈਕੁਮ ਸਰ ਕੀ ਹਾਲ ਹੈ ਠੀਕ ਹੋ ਜੀ ਜੀ ਮੈਂ ਬਾਕੀ ਅੱਲਾ ਪਾਕ ਕੋ ਖੁਸ਼ੀਅਤ ਨੇ ਪਿਛਲੇ ਸਰਦੀਆਂ ਜਿਹੜੇ ਗੁਜ਼ਰੀਆਂ ਉਹਨਾਂ ਦਾ ਐਕਸੀਡੈਂਟ ਹੋ ਗਿਆ ਹੈ ਅਤੇ ਹੁਣ ਮਾਸ਼ਾਅੱਲਾ ਕਾਫੀ ਬਿਹਤਰ ਨੇ ਇਨਸ਼ਾਅੱਲਾ ਦੁਬਾਰਾ ਜਲਦੀ ਸਕਰੀਨ ਤੇ ਆ ਵੈਸੇ ਜੀ ਜੀ ਇਨਸ਼ਾਅੱਲਾ ਬਹੁਤ ਲੱਖਾਂ ਕਰੋੜਾਂ ਦਿਲਾਂ ਦੀ ਧੜਕਨ ਨੇ ਪੇ ਉਹਨਾਂ ਦੀ ਬਹੁਤ ਖੁਆਇਸ਼ ਹੈ ਕਿ ਦੁਬਾਰਾ ਸਾਡੀ ਸਾਹਮਣੇ ਸਕਰੀਨ ਤੇ ਆਵਣ ਇਨਸ਼ਾਅੱਲਾ ਦੁਬਾਰਾ ਜਲਦ ਆ ਵੈਸੇ ਔਰ ਪਰਫਾਰਮੈਂਸ ਉਹਨਾਂ ਦੀ ਵੀ ਬਿਹਤਰ ਹੋ ਸੀ ਇਨਸ਼ਾਅੱਲਾ ਉਹ ਤਾਂ ਵੈਸੇ ਵੀ ਉਹ ਜਾਨਾ ਦਾ ਰਾਸਾ ਹੀ ਕੱਢੀ ਬੈਠੇ ਨੇ ਜੀ ਅਜਾ ਤੇ ਨਾਲੇ ਅੱਲਾ ਪਾਕ ਨੂੰ ਖੁਸ਼ੀਅਤ ਦੇਵੇ ਤੇ ਇਹ ਗੱਲ ਨਹੀਂ ਕਿ ਉਹ ਸਾਡਾ ਕਲਾਸ ਫੈਲ ਹੋਏ ਜਾਂ ਦੋਸਤ ਹੈ ਐਜ਼ ਏ ਸਿੰਗਰ ਹੀ ਆਮ ਨਿਵਾਜ ਬਹੁਤ ਅੱਛਾ ਸਿੰਗਰ ਹੈ ਐਜ਼ ਏ ਦੋਸਤ ਵੀ ਬਹੁਤ ਅੱਛਾ ਦੋਸਤ ਹੈ ਸਾਡਾ ਸਰੈਕੀ ਬੈਲਟ ਦਾ ਸਭ ਤੋਂ ਵੱਡਾ ਸਿੰਗਰ ਹੈ ਜੀ ਬਿਲਕੁਲ ਇਵੇਂ ਗੱਲ ਹੈ ਜੀ ਬਹੁ ਮਾਸ਼ਾਅੱਲਾ ਪੁਰਾਣਾ ਸਿੰਗਰ ਹੈ ਪਏ ਮਾਸ਼ਾਅੱਲਾ ਬਹੁ ਉਹਨਾਂ ਦੀ ਸੁਰੀਲੀ ਆਵਾਜ਼ ਹੈ ਪਈ ਬਹੁ ਮਾਸ਼ਾਅੱਲਾ ਅਸਾਂ ਵੀ ਉਹਨਾਂ ਵਾਸਤੇ ਦੁਆ ਕਰਦੇ ਹਾਂ ਵੀ ਜਲਦ ਅ ਜਲਦ ਉਹਨਾਂ ਕੋਲ ਅੱਲਾ ਤਾਲਾ ਸਿਹਤ ਯਾਬ ਕਰੇ ਸਾਡੇ ਸਾਹਮਣੇ ਸਕਰੀਨ 'ਤੇ ਆਵਣ ਮੈਂ ਉਹਨਾਂ ਦਾ ਬਹੁਤ ਵੱਡਾ ਫੈਨ ਆ ਪਿਆ ਬਚਪਨ ਕੋਲੋਂ ਫੈਨ ਆ ਪਿਆ ਮੇਰੀ ਬਚਪਨ ਕੋਲੋਂ ਗੁਜ਼ਾਰਿਸ਼ ਆਈ ਕਿ ਮੈਂ ਉਹਨਾਂ ਦਾ ਨਾ ਲਾਈਵ ਉਹਨਾਂ ਕੋਲ ਮਿਲਾਂ ਤਾਂ ਕਿ ਉਹਨਾਂ ਨਾਲ ਮੈਂ ਹਾਲ ਅਹਿਵਾਲ ਵੰਡਾ ਮੈਂ ਲਾਈਵ ਮਿਲਾਂ ਮੇਰੀ ਬਚਪਨ ਦੀ ਖੁਆਇਸ਼ ਪੂਰੀ ਥੀਂਦੀ ਪਈ ਅੱਜ ਮੈਂ ਲਾਈਵ ਮਿਲ ਸਾਂ ਇਨਸ਼ਾਅੱਲਾ ਜ਼ਰੂਰ ਸਹੀ ਤੂੰ ਸਮਝੋ ਆ ਮੈਨੇ ਬਾਤ ਤੁਹਾਡੀ ਇੰਤਜ਼ਾਰ ਹੀ ਚਾਹੀ ਜੀ ਜੀ ਮਿਹਰਬਾਨੀ ਕੱਲ੍ਹ ਮੇਰੀ ਗੱਲ ਸਹੀ ਹੈ ਇਨਸ਼ਾਅੱਲਾ ਤੂੰ ਸਮਝੋ ਮੁਲਾਕਾਤ ਕਰੋ ਇਨਸ਼ਾਅੱਲਾ ਤੁਹਾਨੂੰ ਵੈਲਕਮ ਆ ਸੀ ਮਿਹਰਬਾਨੀ ਸਰ ਬਹੁਤ ਮਿਹਰਬਾਨੀ ਤੁਸੀਂ ਸਭ ਟਾਈਮ ਗਿਨਵਾ ਕੇ ਦਿੱਤੇ ਬਹੁਤ ਸਰ ਅਸਾਂ ਤੁਹਾਡੇ ਬਹੁਤ ਬੇਹੱਦ ਸ਼ੁਕਰ ਗੁਜ਼ਾਰ ਹਾਂ ਸਰ ਮਿਹਰਬਾਨੀ ਦੋਸਤੋ ਮੈਂ ਨਾ ਉਸ ਗੁਲੂਕਾਰ ਕੋ ਬਚਪਨ ਕੋਲ ਸੁਣਾ ਲੱਗਾ ਬੱਖਰ ਦੇ ਸ਼ਹਿਜ਼ਾਦੇ ਸੁਪਰ ਸਟਾਰ ਹਨ ਪਏ ਸਿਰਫ ਬੱਖਰ ਦੇ ਨਹੀਂ ਪੂਰੀ ਦੁਨੀਆ ਦੇ ਨਾ ਲੱਖਾਂ ਕਰੋੜਾਂ ਬੰਦਾ ਦੇ ਦਿਲ ਦੀ ਧੜਕਾਂ ਨੇ ਪਏ ਮੈਂ ਇਸ ਟਾਈਮ ਬੱਖਰ ਵਿੱਚ ਮੌਜੂਦ ਆ ਪਿਆ ਮੈਂ ਉਹਨਾਂ ਨਾਲ ਰਾਬਤਾ ਕੀਤਾ ਉਹਨਾਂ ਮੈਂ ਕੋ ਐਡਰੈਸ ਸਮਝਾ ਛੋੜਿਆ ਮੈਂ ਉਸ ਨੂੰ ਐਡਰੈਸ 'ਤੇ ਵਹਿੰਦਾ ਪਿਆ ਤਾਂ ਮਿਲਦੇ ਆ ਤੋ ਅਹਿਮਦ ਨਿਵਾਸ ਛੀਨਾ ਦੇ ਕੋਲ ਅਸਾਂ ਉੱਤੇ ਵੈਸੋ ਉਹ ਥੋੜ੍ਹਾ ਉਹਨਾਂ ਦਾ ਐਕਸੀਡੈਂਟ ਥੀ ਆਈ ਪਿਆ ਤੁਸੀਂ ਨੈੱਟ 'ਤੇ ਸੋਸ਼ਲ ਮੀਡੀਆ 'ਤੇ ਦੇਖਿਆ ਸੀ ਬਹੁਤ ਜ਼ਿਆਦਾ ਵਾਇਰਲ ਥੀ ਆਈ ਉਹਨਾਂ ਦਾ ਐਕਸੀਡੈਂਟ ਥੀ ਆਈ ਪਿਆ ਤਾਂ ਮੈਂ ਉੱਥੇ ਮੈਂ ਤਾਂ ਕੋਸ਼ਿਸ਼ ਕਰਿਆ ਸਾਂ ਵੀਡੀਓ ਬਣਾਉਣ ਦੀ ਜ਼ਿਆਦਾ ਸੋ ਉਹਨਾਂ ਨੂੰ ਤੰਗ ਨਾ ਕਰੇ ਸੋ ਅਗਰ ਇਜਾਜ਼ਤ ਹੋਈ ਤਾਂ ਵੀਡੀਓ ਬਣਾ ਸੋ ਨਹੀਂ ਤਾਂ ਵੀਡੀਓ ਕੋ ਨਾ ਬਣਾ ਸੋ ਤਾਂ ਥੋੜ੍ਹਾ ਬਹੁਤ ਲਿਖਿਆ ਸੋ ਤਾਂ ਫੈਲੀ ਦੋਸਤੋ ਅਸਾਂ ਪਹੁੰਚ ਚੁੱਕੇ ਹਾਂ ਸਾਹਮਣੇ ਲਿਖਿਆ ਪਿਆ ਵੇ ਛੀਨਾ ਹਾਊਸ ਤਾਂ ਇਹ ਉਹਨਾਂ ਦਾ ਘਰ ਨਹੀਂ ਉਹਨਾਂ ਦਾ ਘਰ ਵੀ ਇਹ ਨਾਲ ਲਾ ਅਸਾਂ ਹੁਣ ਉਹਨਾਂ ਨੂੰ ਕਾਲ ਕਰਦੇ ਪਏ ਹਾਂ ਮਤ ਮਿਲਦੇ ਤੱਕ ਅਹਿਮਦ ਨਵਾਜ਼ ਛੀਨੇ ਦੇ ਕੋਲ
ਵਿਊਵਰ ਵੈਲਕਮ ਬੈਕ। ਅਸਾਂ ਐਂ ਬੈਠੇ ਹਾਂ ਮਾਸ਼ਾਅੱਲਾ ਅਹਿਮਦ ਨਿਵਾਸ ਛੀਨਾ ਦੇ ਕੋਲ। ਮੇਰੀ ਬਚਪਨ ਕੋਲ ਖੁਆਇਸ਼ ਆਈ, ਅੱਜ ਮੇਰੀ ਖੁਆਇਸ਼ ਪੂਰੀ ਥੀ ਗਈ ਹੈ ਉਹਨਾਂ ਕੋਲ ਮਿਲਣ ਦੀ। ਮੈਂ ਬਚਪਨ ਕੋਲ ਉਹਨਾਂ ਦਾ ਬਹੁਤ ਵੱਡਾ ਫੈਨ ਹਾਂ ਪਿਆ, ਤਾਂ ਇਹ ਮੇਰੀ ਖੁਆਇਸ਼ ਤਾਂ ਪੂਰੀ ਥੀ ਗਈ, ਇਹ ਤਾਂ ਮੇਰੀ ਇਹ ਖੁਸ਼ੀ। ਤਾਂ ਇੱਕ ਸਾਕ ਅਫਸੋਸ ਹੈ ਕਿ ਅਹਿਮਦ ਨਿਵਾਸ ਛੀਨਾ ਇਸ ਟਾਈਮ ਟੂਰ ਫਿਰ ਕੋ ਨਹੀਂ ਸਕਦੇ, ਉਹ ਹਨ ਪਾ ਇਸ ਟਾਈਮ ਵੀਲ ਚੇਅਰ 'ਤੇ। ਉਹਨਾਂ ਦੇ ਅਸਾਂ ਬਹੁਤ ਬੇਹੱਦ ਸ਼ੁਕਰ ਗੁਜ਼ਾਰ ਹੈ, ਉਹਨਾਂ ਸਭ ਟਾਈਮ ਦਿੱਤਾ। ਤਾਂ ਮਾਸ਼ਾਅੱਲਾ ਮੈਂ ਤਾਂ ਦਿਖਾਉਂਦਾ ਪਿਆ ਅਹਿਮਦ ਨਿਵਾਸ ਛੀਨਾ, ਤੂੰ ਸਭੋਂ ਬੇਤਾਬ ਥੈ ਬੈਠੇ ਹੋ। ਸੋ ਤਕਰੀਬਨ ਮੈਂ ਤਾਂ ਪਹਿਲੇ ਵੀ ਆਖਿਆ ਕਿ ਮੈਂ ਵਹਿੰਦਾ ਪਿਆ, ਮੈਂ ਇਸ ਟਾਈਮ ਪਹੁੰਚ ਚੁੱਕਾ, ਹੁਣ ਮੈਂ ਤਾਂ ਦਿਖਾਉਂਦਾ ਪਿਆ, ਤੂੰ ਸਭੋਂ ਬੇਤਾਬ ਹੀ ਵੇ, ਦਿਖਾਵਾਂ ਜ਼ਿਆਦਾ ਪਰੇਸ਼ਾਨ ਤਾਂ ਨਹੀਂ ਵੇ ਜਾਂ ਬੇਤਾਬ ਤਾਂ ਨਹੀਂ ਵੇ। 1 2 3 ਗੋ, ਮਾਸ਼ਾਅੱਲਾ ਚੈੱਕ ਕਰੋ। ਇਹ ਸਾਡੀ ਜੋ ਬਹੁਤ ਬਚਪਨ ਕੋਲ ਖੁਆਇਸ਼ ਆਈ ਪਈ ਕਿ ਅਸਾਂ ਅਹਿਮਦ ਨਿਵਾਸ ਛੀਨਾ ਦੇ ਇਕੱਠੇ ਹੋਂ, ਉਸ ਕੋ ਅਸਾਂ ਮਿਲੂੰ, ਅੱਜ ਅਸਾਂ ਮਿਲ ਗਏ। ਸਰ ਹੁਣ ਤੁਹਾਡਾ ਕਿਵੇਂ ਹਾਲ ਹੈ ਜੀ? ਤਬੀਅਤ ਠੀਕ ਹੈ? ਬਸ ਬਿਹਤਰ ਹੈ ਜੀ, ਬਸ ਹੁਣ ਤਾਂ ਮਾਸ਼ਾਅੱਲਾ। ਚਲੋ ਅੱਲਾ ਕਰਮ ਕਰੇ ਸੀ ਜੀ, ਮਿਸਾਲ ਹੈ ਅਗਰ ਅਗਲੇ ਦਿਨ ਨਹੀਂ ਤਾਂ ਰਾਸਨ ਇਹ ਡੀ ਮਹੀਨੇ, ਤਾਂ ਤੁਸਾਂ ਅਨਕਰੀਬ ਕੱਢਣਾ ਦੇ ਪਏ ਜੀ ਸਕਰੀਨ 'ਤੇ, ਤੁਸਾਂ ਲੱਖਾਂ ਕਰੋੜਾਂ ਦੀ ਦਿਲਾਂ ਦੀ ਧੜਕਾਂ ਨੂੰ ਵੀ ਕੱਢਣ ਦੇ ਪਏ। ਮੈਂ ਤਾਂ ਹੋਣਿਆ ਹੋ ਜਾਂ, ਲੇਕਿਨ ਅੱਲਾ ਪਾਕ ਦੇ ਕੰਮ ਮੈਂ ਠੀਕ ਕਰੇ ਸਨ ਤਾਂ ਮੈਂ। ਚਲੋ ਸਾਡੀਆਂ ਦੁਆਵਾਂ ਹਨ ਜੀ, ਅੱਲਾ ਤਾਲਾ ਤਾਂ ਕੋਈ ਜਲਦ ਤੋਂ ਜਲਦ ਸਿਹਤ ਯਾਬ ਕਰੇ, ਸਿਹਤ ਦੇਵੇ। ਵਿਊਅਰ ਤੁਸਾਂ ਵੀ ਸਾਰੇ ਦੁਆ ਕਰੋ ਕਿ ਅਹਿਮਦ ਨਿਵਾਸ ਛੀਨਾ ਕੋ ਅੱਲਾ ਤਾਲਾ ਜਲਦ ਤੋਂ ਜਲਦ ਸਿਹਤ ਦੇਵੇ, ਚੱਲਣ ਫਿਰਨ ਯੋਗਾ ਕਰੇ, ਤਾਂ ਕਿ ਸਾਡੇ ਸਾਹਮਣੇ ਆਵਣ, ਸਕਰੀਨ 'ਤੇ ਆਵਣ, ਸਭ ਕੁਝ ਨਵੇਂ ਤੋਂ ਨਵੇਂ ਗਾਣੇ ਵਗੈਰਾ ਸੁਣਾਵਣ, ਤਾਂ ਇਨਸ਼ਾਅੱਲਾ ਬਹੁਤ ਜਲਦ ਸਕਰੀਨ 'ਤੇ ਆਸਣ। ਸਰ ਤੁਸੀਂ ਸਾਡੇ ਵਿਊਵਰ ਵਾਸਤੇ ਕੁਝ ਆਖਣਾ ਚਾਹੋ? ਬਸ ਮੈਂ ਸਾਰੇ ਵਿਊਵਰ ਕੋ ਯਾਰ ਸਾਹਿਬ, ਗਰਮੀ ਦਾ ਮੌਸਮ ਹੈ, ਜ਼ਰਾ ਗਰਮੀ ਤੋਂ ਬਚ ਕੇ ਰਵੇ ਜੀ ਜੀ, ਅਤੇ ਮੇਰੇ ਵਾਸਤੇ ਵੀ ਦੁਆ ਕਰੇ ਇਨਸ਼ਾਅੱਲਾ। ਇਨਸ਼ਾਅੱਲਾ ਅੱਲਾ ਪਾਕ ਤੁਹਾਨੂੰ ਹਮੇਸ਼ਾ ਸਲਾਮਤ ਰੱਖੇ ਇਨਸ਼ਾਅੱਲਾ। ਆਮੀਨ। ਤਾਂ ਵਿਊਵਰ ਤੁਸੀਂ ਸਾਰੇ ਅਹਿਮਦ ਨਿਵਾਸ ਛੀਨਾ ਮਾਸ਼ਾਅੱਲਾ ਬਹੁਤ ਫੋਕ ਸਿੰਗਰ ਹਨ ਪਏ, ਉਹਨਾਂ ਵਾਸਤੇ ਦੁਆ ਕਰੋ, ਅਨ ਕਰੀਬ ਤੁਹਾਡੇ ਸਾਹਮਣੇ ਹੋ ਸਨ, ਸਕਰੀਨ 'ਤੇ ਹੋ ਸਨ। ਦੋਸਤੋ ਅਸਾਂ ਉਹਨਾਂ ਦਾ ਜ਼ਿਆਦਾ ਟਾਈਮ ਕੋ ਨਹੀਂ ਸਕੀਦਾ, ਕਿਉਂਕਿ ਪਹਿਲੇ ਉਹ ਬਹੁਤ ਪਰੇਸ਼ਾਨੀ ਦੀ ਹਾਲਤ 'ਚ ਹਨ, ਬਟ ਅਸਾਂ ਉਹਨਾਂ ਕੋਲ ਜ਼ਿਆਦਾ ਪਰੇਸ਼ਾਨ ਕਰੋ ਤਾਂ ਇਹ ਗੱਲ ਮੁਨਾਸਿਬ ਨਹੀਂ। ਤਾਂ ਅਸਾਂ ਹੁਣ ਰਵਾਨਾ ਥੀਂਦੇ ਪਏ ਵਾਪਸੀ ਘਰ, ਇਹ ਸਾਹਮਣੇ ਹੀ ਵੇ ਪਏ ਮਾਸ਼ਾਅੱਲਾ ਉਹਨਾਂ ਦਾ ਘਰ, ਇੱਥਾਂ ਹੀ ਅਸਾਂ ਗਏ ਸੀ। ਉਹਨਾਂ ਦਾ ਮਾਸ਼ਾਅੱਲਾ ਅੱਛਾ ਇਖਲਾਕ ਆਈ ਪਈ ਆ, ਉਹਨਾਂ ਸਾਡੀ ਖਿਦਮਤ ਕੀਤੀ ਹੈ, ਤਾਂ ਮਾਸ਼ਾਅੱਲਾ ਉਹਨਾਂ ਵਾਸਤੇ ਤੁਸੀਂ ਵੀ ਦੁਆ ਕਰੋ ਕਿ ਜਲਦ ਤੋਂ ਜਲਦ ਸਿਹਤਯਾਬ ਥੀਵਣ, ਜਲਦੀ ਸਕਰੀਨ 'ਤੇ ਆਵਣ। ਮਾਸ਼ਾਅੱਲਾ ਮੇਰੀ ਤਾਂ ਬਹੁਤ ਖੁਆਇਸ਼ ਆਈ ਪਈ ਬਚਪਨ ਕੋਲੋਂ ਕਿ ਮੈਂ ਉਹਨਾਂ ਕੋਲ ਇੱਕ ਦਫ਼ਾ ਲਾਈਵ ਮਿਲਾਂ, ਤਾਂ ਮਾਸ਼ਾਅੱਲਾ ਅੱਜ ਮੈਂ ਉਹਨਾਂ ਕੋਲ ਲਾਈਵ ਮਿਲਾਂ, ਬਹੁਤ ਮਜ਼ਾ ਆਇਆ। ਤਕਰੀਬਨ ਅਸਾਂ ਉੱਥੇ ਅੱਧਾ ਘੰਟਾ ਬੈਠੇ ਸੀ, ਜ਼ਿਆਦਾ ਸਾਨੂੰ ਤੰਗ ਨਹੀਂ ਸੀ ਕੀਤਾ। ਉਸ ਤੋਂ ਬਾਅਦ ਦੋਸਤੋ ਅਸਾਂ ਆਏ ਸੀ, ਥੋੜ੍ਹੀ ਹਲਕੀ ਫੁਲਕੀ ਸਾਗੂ ਲੱਗੀ ਹੁੰਦੀ ਹੈ ਭੁੱਖ, ਅਸਾਂ ਇੱਥੋਂ ਖਾਣੇ ਸੀ ਚਾਵਲ, ਮਾਸ਼ਾਅੱਲਾ ਚੈੱਕ ਕਰੋ, ਅਲ ਹਾਫਿਜ਼ ਬੰਨੂ ਪਲਾਓ, ਬੀਫ ਪਲਾਓ, ਇੱਥੋਂ ਦਾ ਖਾਸ ਚਾਵਲ। ਇਹ ਉਹਨਾਂ ਦੇ ਸਾਹਮਣੇ ਰੇਟ ਲਿਸਟ, ਮਾਸ਼ਾਅੱਲਾ ਚੈੱਕ ਕਰੋ, ਰੇਟ ਲਿਸਟ, ਅਲ ਹਾਫਿਜ਼ ਬੰਨੂ ਬੀਫ ਪਲਾਓ, 1 ਕਿਲੋ ਬੀਫ ਪਲਾਓ 760 ਰੁਪਏ, 3 ਪਾਓ ਬੀਫ ਪਲਾਓ 570 ਰੁਪਏ, ਅੱਧਾ ਕਿਲੋ ਬੀਫ ਪਲਾਓ 380 ਰੁਪਏ, 1 ਪਾਓ ਬੀਫ ਪਲਾਓ 190 ਰੁਪਏ। ਅਸਾਂ ਇੱਕ ਰਹਿੰਦੇ ਪਏ ਬਾਈ ਜਾਨ ਡੂ ਡੂ ਦਾ ਅਸਾਂ ਆਰਡਰ ਦੇ ਛੋੜਿਆ, ਤਾਂ ਉਹ ਇੱਕ ਪਲੇਟ ਜਿੰਮਕੇ ਅਸਾਂ ਬੰਸੀ ਜਨਾਬ ਜੀ ਅੱਧਾ ਕਿਲੋ ਸਾਹਮਣੇ ਆ ਚੁੱਕਾ ਵੇ, ਅੱਧਾ ਕਿਲੋ ਮਾਸ਼ਾਅੱਲਾ ਬੀਫ ਪਲਾਓ, ਵਿੱਚ ਨਿੱਕੀਆਂ ਵੱਡੀਆਂ ਬੋਟੀਆਂ ਵੀ ਪਈਆਂ ਹਨ। ਵਿਊਵਰ ਖਾਂਦੇ ਵੇ ਤਾਂ ਆਓ ਸਤਿ ਬਿਸਮਿਲਾ, ਨਹੀਂ ਤਾਂ ਅਸੀਂ ਇਕੱਲੇ ਇਕੱਲੇ ਖਾਂਦੇ ਪਏ। ਬਾਅਦ ਦੋਸਤੋ ਅਸਾਂ ਹੁਣ ਜੁਲਦੇ ਪੈਸੇ ਸਰੈਕੀ ਸਿੰਗਰ ਹੈ ਪਿਆ, ਉਹਦੇ ਕੋਲ ਮਾਸ਼ਾਅੱਲਾ ਬਹੁਤ ਦੀ ਪਿਆਰੀ ਅਤੇ ਸੁਰੀਲੀ ਆਵਾਜ਼ ਹੈ ਪਈ, ਉਹ ਵੀ ਅਸਾਂ ਤੱਕ ਸੁਣਵੈਂਦੇ, ਉਹਦਾ ਸਾ ਇੱਕ ਦੋ ਕੋਈ ਗਾਣਾ ਸੁਣਵੈ ਸੋ, ਮਾਸ਼ਾਅੱਲਾ ਬਹੁਤ ਖੂਬਸੂਰਤ ਹੈ ਪਿਆ। ਉਸ ਤੋਂ ਬਾਅਦ ਮਾਸ਼ਾਅੱਲਾ ਦਾ ਕੋ ਸਿੰਗਰ ਸੁਣਵੈਂਦੇ ਪਿਆ ਸ਼ਹਿਜ਼ਾਦ ਇਕਬਾਲ ਮਸ਼ਹੂਰ ਮਰੂਫ, ਤੁਸੀਂ ਮੇਰੇ ਪਿਛਲੇ ਵਲੋਗ 'ਚ ਡਿੱਠਾ ਹੋ ਸੀ, ਉਹਦੇ ਬੇਟੇ ਕੋ ਦਾ ਕੋ ਸੁਣਵੈਂਦੇ ਪਿਆ ਹਸਨ ਇਕਬਾਲ, ਮਾਸ਼ਾਅੱਲਾ ਉਹਨਾਂ ਦੇ ਬਹੁਤ ਪਿਆਰਾ ਅਤੇ ਸੁਰੀਲਾ ਆਵਾਜ਼ ਹੀ ਵੇ ਪਿਆ, ਮਾਸ਼ਾਅੱਲਾ ਸਾਡੇ ਸਾਹਮਣੇ ਬੈਠੇ ਨੇ, ਉਹ ਵੀ ਤੱਕ ਸੁਣਵੈਂ ਨੇ, ਤੁਸੀਂ ਸੁਣ ਕੇ ਬਹੁਤ ਖੁਸ਼ ਥੀ ਸੋ, ਮਾਸ਼ਾਅੱਲਾ ਬਹੁਤ ਵੀਆਈਪੀ ਗਾਣੇ। ਸ਼ਿਕ ਨੇ ਪੱਲੇ ਕੱਖ ਨਾ ਰਹਿ ਲਾਏ, ਹੋ
ਹਰ ਦਰ ਤੂੰ ਠਾਕਰ ਪੈਂਦੀ ਏ ਫਿਰ ਰੂ ਆਸ਼ਿਕ ਦੀ ਅੱਲਾ ਅੱਲਾ ਕਹਿੰਦੀ ਫਿਰ ਰੂ ਆਸ਼ਿਕ ਦੀ ਮੌਲਾ ਮੌਲਾ ਕਹਿੰਦੀ ਮਾਸ਼ਾਅੱਲਾ ਬਹੁਤ ਸੁਰੀਲੀ ਅਤੇ ਪਿਆਰੀ ਆਵਾਜ਼ ਹੈ ਵੀ ਦੁਆਕੇ ਉਮੀਦ ਕਰਨਾ ਕਿ ਪਸੰਦ ਆਈ ਹੋ ਸੀ ਅਗਰ ਪਸੰਦ ਆਈ ਹੈ ਤਾਂ ਸਾਡੇ ਚੈਨਲ ਕੋ ਕਰ ਸਬਸਕ੍ਰਾਈਬ ਸ਼ੇਅਰ ਕਰੋ ਲਾਈਕ ਕਰੋ।